ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਵਾਗਤ ਆ ਤੇ ਮੈਂ ਬਾਹਰ ਹੋਣ ਕਰਕੇ ਕਾਲ ਤੇ ਪ੍ਰੋਗਰਾਮ ਰਿਕਾਰਡ ਨਹੀਂ ਕਰ ਸਕਿਆ ਤੇ ਪਿਛਲੇ ਲੜੀਵਾਰ ਦਾ ਹੀ ਹਿੱਸਾ ਪਿਛਲੇ ਲੜੀਵਾਰ 'ਚ ਆਪਾਂ ਜ਼ਿਕਰ ਕੀਤਾ ਸੀ ਕਿ ਕਿੱਦਾਂ ਮਹਾਰਾਣੀ ਚੰਦ ਕੌਰ ਨੂੰ ਗੱਦੀ ਤੇ ਬਿਠਾ ਦਿੱਤਾ ਜਾਂਦਾ ਜਦੋਂ ਕਿ ਉਹਦੇ ਪੁੱਤਰ ਕੰਵਰ ਨੌਣਿਆਲ ਸਿੰਘ ਨੂੰ ਖਤਮ ਕਰ ਦਿੱਤਾ ਜਾਂਦਾ ਡੋਗਰੇ ਵੱਲੋਂ ਜਾਂ ਉਹਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਮਹਾਰਾਣੀ ਚੰਦ ਕੌਰ ਗੱਦੀ ਤੇ ਬੈਠਦੀ ਆ ਤੇ ਇਹ ਐਲਾਨ ਕਰਕੇ ਬੈਠਦੀ ਆ ਕਿ ਕੰਵਰ ਨੌਣਿਆਲ ਦੀ ਜਿਹੜੀ ਪਤਨੀ ਆ ਉਹਦੇ ਬੱਚਾ ਹੋਣ ਵਾਲਾ ਅਗਰ ਉਹ ਬੇਟਾ ਹੁੰਦਾ ਤੇ ਉਹ ਗੱਦੀ ਦਾ ਵਾਰਸ ਬਣੂਗਾ ਉਹਨੇ ਚਿਰ ਲਈ ਗੱਦੀ ਜਿਹੜੀ ਰਾਖਵੀਂ ਕਰਕੇ ਚੰਦ ਕੌਰ ਨੂੰ ਦੇ ਦਿੱਤੀ ਜਾਂਦੀ ਆ ਤੇ ਚੰਦ ਕੌਰ ਜਦੋਂ ਗੱਦੀ ਤੇ ਬੈਠਦੀ ਆ ਤੇ ਜਿਹੜਾ ਸ਼ੇਰ ਸਿੰਘ ਹੁੰਦਾ ਜਿਹੜਾ ਦਾਅਵੇਦਾਰ ਬਣ ਕੇ ਆਇਆ ਹੁੰਦਾ ਗੱਦੀ ਦਾ ਰਾਣੀ ਚੰਦ ਕੌਰ ਕੀ ਕਰਦੀ ਆ ਉਹਨੂੰ 6 ਲੱਖ ਜਗੀਰ 'ਚ ਵਾਅਦਾ ਕਰ ਦਿੰਦੀ ਆ ਤੇ ਉਹ ਬਟਾਲੇ ਵਾਪਸ ਚਲਾ ਜਾਂਦਾ ਹਾਲਾਂਕਿ ਉਹਨੂੰ ਸਲਾਹਕਾਰ ਬਣਾ ਲਿਆ ਜਾਂਦਾ ਰਾਜ ਦਾ ਇੱਕ ਵੱਡਾ ਅਹੁਦਾ ਦੇ ਦਿੱਤਾ ਜਾਂਦਾ ਪਰ ਉਹ ਅਹੁਦਾ ਨਹੀਂ ਲੈਂਦਾ ਉਹ ਵਾਪਸ ਮੁੜਨ 'ਚ ਭਲੀ ਸਮਝਦਾ ਉਹ ਵਾਪਸ ਚਲਾ ਜਾਂਦਾ ਤੇ ਉਹਦੇ ਨਾਲ ਹੀ ਵਾਪਸ ਚਲਾ ਜਾਂਦਾ ਧਿਆਨ ਸਿੰਘ ਡੋਗਰਾ ਉਹ ਦੋਵੇਂ ਚਲੇ ਜਾਂਦੇ ਆ ਐਕਚੁਅਲੀ ਉਹ ਜਾਂਦੇ ਕਿਉਂ ਆ ਇਹਦੇ ਪਿੱਛੇ ਅੱਜ ਆਪਾਂ ਗੱਲ ਕਰਾਂਗੇ ਤੇ ਸ਼ੇਰ ਸਿੰਘ ਜਦੋਂ ਬਟਾਲੇ ਚਲਾ ਜਾਂਦਾ ਤੇ ਬਟਾਲੇ ਜਾਣ ਦਾ ਉਹਦਾ ਮਕਸਦ ਇਹੀ ਹੁੰਦਾ ਕਿ ਜਿਹੜੀਆਂ ਲਾਹੌਰ ਦੀਆਂ ਫੌਜਾਂ ਉਹਨਾਂ ਨੂੰ ਆਪਣੇ ਨਾਲ ਗੰਢ ਕੇ ਆਪਣੇ ਨਾਲ ਜੋੜ ਕੇ ਲਾਹੌਰ ਦਰਬਾਰ ਤੇ ਹਮਲਾ ਕੀਤਾ ਜਾਵੇ ਤੇ ਰਾਣੀ ਚੰਦ ਕੌਰ ਤੋਂ ਜਿਹੜਾ ਰਾਜ ਆ ਖੋਹ ਲਿਆ ਜਾਵੇ ਨਾਲ ਉਹ ਆਪਣੇ ਇੱਕ ਵਕੀਲ ਨੂੰ ਜਾਂ ਸਲਾਹਕਾਰ ਨੂੰ ਉੱਥੇ ਭੇਜ ਦਿੰਦਾ ਲਾਹੌਰ ਦਰਬਾਰ ਦੇ ਵਿੱਚ ਉਹ ਫੌਜਾਂ ਦੇ ਵਿੱਚ ਇਹ ਪ੍ਰਚਾਰ ਕਰਦਾ ਕਿ ਦੇਖੋ ਮਹਾਰਾਣੀ ਚੰਦ ਕੌਰ ਗੱਦੀ ਤੇ ਬੈਠੀ ਆ ਪਰ ਉਹਨੇ ਗੱਦੀ ਤੇ ਬੈਠਣ ਤੋਂ ਬਾਅਦ ਰਾਜ ਬਦਲਣ ਦੀ ਖੁਸ਼ੀ ਦੇ ਵਿੱਚ ਤੁਹਾਡੀਆਂ ਤਨਖਾਹਾਂ ਨਹੀਂ ਵਧਾਈਆਂ ਤੇ ਫੌਜ ਨੂੰ ਕੋਈ ਇਨਾਮ ਨਹੀਂ ਦਿੱਤਾ ਤੇ ਸਿੱਖ ਫੌਜ ਉਹਦੀਆਂ ਗੱਲਾਂ 'ਚ ਜਲਦੀ ਆ ਜਾਂਦੀ ਆ ਤੇ ਸਿੱਖ ਫੌਜ ਇੱਥੋਂ ਤੱਕ ਕਹਿੰਦੀ ਆ ਕਿ ਠੀਕ ਆ ਕਿ ਰਾਜੇ ਸ਼ੇਰ ਸਿੰਘ ਨੂੰ ਕਹੋ ਕਿ ਉਹ ਲਾਹੌਰ 'ਤੇ ਹਮਲਾ ਕਰੇ ਅਸੀਂ ਉਹਦੇ ਨਾਲ ਹੈ ਇਸ ਦੇ ਵਿੱਚ ਕੀ ਹੁੰਦਾ ਕਿ ਰਾਜਾ ਸ਼ੇਰ ਸਿੰਘ ਇੱਕ ਤਕੜੀ ਫੌਜ ਲੈ ਕੇ ਜਨਵਰੀ ਦੇ ਵਿੱਚ 14 ਜਨਵਰੀ ਨੂੰ ਆ ਕੇ ਉਹ ਲਾਹੌਰ 'ਤੇ ਹਮਲਾ ਕਰ ਦਿੰਦਾ ਹੈ ਹੁਣ ਦੇਖੋ ਜਿਹੜੀਆਂ ਖਾਲਸੇ ਦੀਆਂ ਕਿਰਪਾਨਾਂ ਜਿਹੜੀਆਂ ਖਾਲਸੇ ਦੀਆਂ ਬੰਦੂਕਾਂ ਕਦੇ ਅਬਦਾਲੀ ਨਾਲ ਖੜਕਿਆ ਕਰਦੀਆਂ ਸੀ ਕਦੇ ਨਾਦਰ ਸ਼ਾਹ ਨਾਲ ਟਕਰਾਇਆ ਕਰਦੀਆਂ ਸੀ ਅੱਜ ਉਹੀ ਬੰਦੂਕਾਂ ਅਤੇ ਉਹੀ ਕਿਰਪਾਨਾਂ ਖਾਲਸੇ ਦੀਆਂ ਆਪਸ 'ਚ ਖੜਕ ਰਹੀਆਂ ਸੀ ਕਿਉਂਕਿ ਇੱਕ ਪਾਸੇ ਖਾਲਸਾ ਫੌਜ ਮਹਾਰਾਣੀ ਚੰਦ ਕੌਰ ਦੀ ਸਪੋਰਟ 'ਤੇ ਸੀ ਅਤੇ ਇੱਕ ਪਾਸੇ ਜਿਹੜੀ ਫੌਜ ਸੀ ਉਹ ਸ਼ੇਰ ਸਿੰਘ ਦੀ ਸਪੋਰਟ 'ਤੇ ਸੀ ਦੋਵੇਂ ਪਾਸੇ ਖਾਲਸਾ ਫੌਜਾਂ ਆਪਸ 'ਚ ਟਕਰਾ ਰਹੀਆਂ ਸੀ ਅਤੇ ਲਾਹੌਰ ਸ਼ਹਿਰ 'ਚ ਲਾਸ਼ਾਂ ਦੇ ਢੇਰ ਲੱਗ ਗਏ ਸੀ ਆਪਸ ਦੇ ਵਿੱਚ ਲੜਾਈ ਦੇ ਵਿੱਚ ਇੱਕ ਪਾਸੇ ਲਾਹੌਰ ਦੇ ਕਿਲ੍ਹੇ ਦੇ ਵਿੱਚੋਂ ਫੌਜ ਲੜ ਰਹੀ ਸੀ ਦੂਜੇ ਪਾਸੇ ਸ਼ੇਰ ਸਿੰਘ ਬਾਹਰੋਂ ਹਮਲਾ ਕਰ ਰਿਹਾ ਸੀ ਇਸ ਲੜਾਈ ਜਿਹੜੀ 14 ਜਨਵਰੀ 1841 ਨੂੰ ਸ਼ੁਰੂ ਹੁੰਦੀ ਆ ਇਹ ਲੜਾਈ ਜਾ ਕੇ 18 ਜਨਵਰੀ 1841 ਨੂੰ ਖਤਮ ਹੁੰਦੀ ਆ 4 ਦਿਨਾਂ ਦੇ ਅੰਦਰ ਸਿੱਖਾਂ ਦੀਆਂ ਲਾਸ਼ਾਂ ਦੇ ਆਪਸ ਦੇ ਵਿੱਚ ਟਕਰਾ ਕੇ ਢੇਰ ਲੱਗ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਧਿਆਨ ਸਿੰਘ ਡੋਗਰਾ ਆ ਕੇ ਇਸ ਸ਼ਰਤ 'ਤੇ ਸੁਲਾਹ ਕਰਾ ਦਿੰਦਾ ਲੜਾਈ ਖਤਮ ਕਰਾਉਂਦਾ ਕਿ ਮਹਾਰਾਣੀ ਚੰਦ ਕੌਰ ਕਿਲ੍ਹਾ ਛੱਡ ਕੇ ਬਾਹਰ ਨਿਕਲ ਜਾਵੇ ਉਸ 'ਤੇ ਹਮਲਾ ਨਹੀਂ ਕੀਤਾ ਜਾਊਗਾ ਅਤੇ ਦੂਜੀ ਸ਼ਰਤ ਇਹ ਹੁੰਦੀ ਆ ਕਿ ਜਿਹੜੇ ਡੋਗਰੇ ਯਾਨੀ ਕਿ ਇੱਕ ਡੋਗਰਾ ਸੀ ਗੁਲਾਬ ਸਿੰਘ ਡੋਗਰਾ ਧਿਆਨ ਸਿੰਘ ਡੋਗਰੇ ਦਾ ਭਰਾ ਉਹ ਮਹਾਰਾਣੀ ਚੰਦ ਕੌਰ ਵੱਲੋਂ ਲੜ ਰਿਹਾ ਸੀ ਅਤੇ ਧਿਆਨ ਸਿੰਘ ਇਹ ਫੈਸਲਾ ਕਰਦਾ ਕਿ ਜਦੋਂ ਡੋਗਰੇ ਬਾਹਰ ਨਿਕਲਣਗੇ ਉਹਨਾਂ 'ਤੇ ਕੋਈ ਹਮਲਾ ਨਹੀਂ ਕਰੂਗਾ ਅਤੇ ਇਹਦਾ ਫਾਇਦਾ ਗੁਲਾਬ ਸਿੰਘ ਡੋਗਰਾ ਇਹ ਚੱਕਦਾ ਕਿ ਜਿੰਨਾ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਕਹਿ ਲਓ ਜਾਂ ਹੀਰੇ ਜਵਾਹਰਾਤ ਇਕੱਲੇ ਕਹਿਨੂਰ ਹੀਰੇ ਨੂੰ ਛੱਡ ਕੇ ਬਾਕੀ ਸਾਰਾ ਪੈਸਾ ਜਵਾਹਰਾਤ ਉਹ ਖੱਚਰਾਂ 'ਤੇ ਲੱਦ ਕੇ ਕਿਲ੍ਹੇ ਤੋਂ ਬਾਹਰ ਨਿਕਲਦਾ ਅਤੇ ਮਹਾਰਾਣੀ ਚੰਦ ਕੌਰ ਅਤੇ ਬੀਬੀ ਨਾਨਕੀ ਜਿਹੜੀ ਮਹਾਰਾਣੀ ਚੰਦ ਕੌਰ ਦੀ ਨੂੰਹ ਅਤੇ ਕੰਵਰ ਨੌਣਿਆਲ ਦੀ ਪਤਨੀ ਸੀ ਉਹਨਾਂ ਨੂੰ ਲੈ ਕੇ ਜੰਮੂ ਚਲਾ ਜਾਂਦਾ ਜਦੋਂ ਉਹ ਜੰਮੂ ਚਲਾ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਸੀ ਜਦੋਂ ਰਾਜਾ ਸ਼ੇਰ ਸਿੰਘ ਦਾਖਲ ਹੁੰਦਾ ਕਿਲ੍ਹੇ ਦੇ ਅੰਦਰ ਅਤੇ ਦੇਖਦਾ ਉੱਥੇ ਕੋਈ ਖਜ਼ਾਨਾ ਨਹੀਂ ਹੁੰਦਾ ਕਿਉਂਕਿ ਖਜ਼ਾਨਾ ਸਾਰਾ ਉਹ ਲੈ ਜਾਂਦਾ ਆਪਣਾ ਡੋਗਰਾ ਗੁਲਾਬ ਸਿੰਘ ਮਹਾਰਾਣੀ ਚੰਦ ਕੌਰ ਦੇ ਨਾਲ ਅਤੇ ਉਸ ਤੋਂ ਬਾਅਦ ਸ਼ੇਰ ਸਿੰਘ ਜਿਹੜਾ ਗੱਦੀ 'ਤੇ ਬੈਠ ਜਾਂਦਾ ਇਹ ਸੀ ਰਾਣੀ ਚੰਦ ਕੌਰ ਦਾ ਜਿਹੜਾ ਸ਼ਾਸਨ ਸੀਗਾ ਉਹ ਸਿਰਫ ਕਿੰਨੇ ਮਹੀਨਿਆਂ ਦਾ ਸੀ 8 ਨਵੰਬਰ ਤੋਂ ਲੈ ਕੇ 18 ਜਨਵਰੀ ਤੱਕ ਯਾਨੀ ਕਿ 8 ਨਵੰਬਰ 1840 ਤੋਂ ਲੈ ਕੇ 18 ਜਨਵਰੀ 1841 ਤੱਕ ਦਾ ਸ਼ਾਸਨ ਅਤੇ ਬਾਕੀ ਗੱਲ ਫੇਰ ਕਰਾਂਗੇ ਧੰਨਵਾਦ